ਜਿਹੜਾ ਵੀ ਬੰਦਾ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਇੱਕ ਵੀ ਪੈਸਾ ਖਾਊਗਾ ਭਾਵੇਂ ਉਹ ਕਿਸੇ ਵੀ ਤਰੀਕੇ ਨਾਲ ਭ੍ਰਿਸ਼ਟਾਚਾਰ ਕਰੇ ਭਾਵੇਂ ਉਹ ਗਰਾਂਟਾ ਚੋਂ ਕੋਈ ਭ੍ਰਿਸ਼ਟਾਚਾਰ ਕਰੇ ਭਾਵੇਂ ਉਹ ਕੋਈ ਮਾਫੀਆ ਬਣਾ ਕੇ ਕਰੇ ਭਾਵੇਂ ਉਹ ਕੋਈ ਰੇਤ ਮਾਫੀਆ ਜੋ ਕਰੇ ਭਾਵੇਂ ਉਹ ਕੋਈ ਸਰਕਾਰੀ ਜ਼ਮੀਨਾਂ ਨੂੰ ਨਜਾਇਜ਼ ਤਰੀਕੇ ਨਾਲ ਦੱਬ ਕੇ ਕਬਜ਼ਾ ਕਰਕੇ ਕਰੇ ਪਾਵੇਂ ਕੋਈ ਅਫਸਰ ਹੋਵੇ ਕੋਈ ਕਾਗਜ਼ ਦੇਣ ਦਾ ਜਾਂ ਮੋਹਰ ਲਾਉਣ ਦਾ ਜਾਂ ਐਨਓਸੀ ਦੇਣ ਦਾ ਕੋਈ ਪੈਸਾ ਮੰਗਦਾ ਹੋਵੇ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ ਆਮ ਆਦਮੀ ਪਾਰਟੀ ਜ਼ੀਰੋ ਟੋਲਰੈਂਸ ਜਿਹੜੀ ਹੈ ਕ腐ਸ਼ਨ ਪ੍ਰਤੀ ਰੱਖਦੀ ਹੈ ਔਰ ਮੈਂ ਅਕਸਰ ਇਹ ਕਹਣਾ ਹੁੰਨਾ ਕਿ ਜਦੋਂ ਵੀ ਅਸੀਂ ਕੋਈ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲੈਣੇ ਆ ਤਾਂ ਉਦੋਂ ਅਸੀਂ ਪਾਰਟੀ ਨਹੀਂ ਦੇਖਦੇ ਪਾਵੇਂ ਜਿਹੜੀ ਮਰਜੀ ਪਾਰਟੀ ਦਾ ਹੋਵੇ ਜਿਹੜਾ ਜਿਹੋ ਜਿਹਾ ਮਰਜੀ ਵੱਡੇ ਤੇ ਆਉਦੇ ਤੇ ਰਿਹਾ ਹੋਵੇ ਜਾਂ ਆਉਦੇ ਤੇ ਹੋਵੇ ਭਾਵੇਂ ਆਪਣਾ ਹੋਵੇ ਜਾਂ ਬੇਗਾਨਾ ਸਾਡੇ ਵਾਸਤੇ ਕਾਨੂੰਨ ਜਿਹੜਾ ਉਹ ਇੱਕੋ ਜਿਹਾ ਤੇ ਕਾਨੂੰਨ ਦੀ ਨਜ਼ਰ ਸਭ ਇੱਕ ਨੇ 75 ਸਾਲ ਦੇ ਵਿੱਚ ਆਜ਼ਾਦੀ ਦੇ 75 ਸਾਲ ਚ ਪਹਿਲੀ ਵਾਰ ਹੋ ਰਿਹਾ ਹੈ ਪਹਿਲਾਂ ਕਦੇ ਨਹੀਂ ਹੋਇਆ ਹਿਸਟਰੀ ਚ ਕਿ ਕਿਸੇ ਸਰਕਾਰ ਨੇ ਆਪਣੀ ਜਿਹੜੇ ਮੰਤਰੀ ਜਾਂ ਐਮਐਲਏ ਨੇ ਜਦੋਂ ਉਹਨਾਂ ਦੀ ਸ਼ਿਕਾਇਤ ਆਉਂਦੀ ਹੈ ਉਹਨਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਲਾਗੂ ਕਰਕੇ ਗ੍ਰਿਫਤਾਰ ਕੀਤਾ ਤੇ ਉਹਨਾਂ ਤੇ ਕੇਸ ਕੀਤੇ ਨੇ ਨਹੀਂ ਤਾਂ ਅਸੀਂ ਸੁਣਦੇ ਰਹੇ ਹਾਂ ਪਹਿਲਾਂ ਕਿ ਪਾਰਟੀ ਦਾ ਪ੍ਰਧਾਨ ਲੈ ਕੇ ਚਲਾ ਗਿਆ ਜੀ 40 ਬੰਦਿਆਂ ਦੀ ਲਿਸਟ ਕਿ ਭ੍ਰਿਸ਼ਟਾਚਾਰ ਕਰਦੇ ਨੇ ਐਮਐਲਏ ਮੰਤਰੀ ਤਾਂ ਉਤੋਂ ਪ੍ਰਧਾਨ ਜੀ ਜਿਹੜੇ ਵੱਡੇ ਨੇ ਉਹ ਕਹਿੰਦੇ ਨੇ ਇਸ ਇਸ ਲਿਸਟ ਨੂੰ ਦੱਬ ਕੇ ਰੱਖੋ ਪਾਰਟੀ ਦੀ ਬਦਨਾਮੀ ਹੁੰਦੀ ਹੈ ਸੋ ਆਮ ਆਦੀ ਪਾਰਟੀ ਜਿਹੜੀ ਹੈ ਉਹ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਕਿ ਕੋਈ ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜਾ ਕ腐ਪਸ਼ਨ ਦੇ ਰੂਪ ਚ ਭ੍ਰਿਸ਼ਟਾਚਾਰ ਦੇ ਰੂਪ ਚ ਖਾਵੇ ਜਿਹੜਾ ਪਾਸਟ ਦੇ ਵਿੱਚ ਵੀ ਉਹਨਾਂ ਨੇ ਕੋਈ ਕਪੜੇ ਕੀਤੇ ਨੇ ਉਹ ਵੀ ਕੱਢੇ ਜਾ ਰਹੇ ਨੇ ਤੇ ਜੇ ਅੱਜ ਵੀ ਕੋਈ ਕਪੜਾ ਕਰ ਰਿਹਾ ਹੈ ਉਹਤੇ ਵੀ ਐਕਸ਼ਨ ਹੋਊਗਾ ਤੇ ਭਵਿੱਖ ਵਾਸਤੇ ਵੀ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਮਰਜ਼ੀ ਹੋਵੇ ਸਾਡਾ ਸਾਕਾ ਸੰਬੰਧੀ ਹੋਵੇ ਕ腐ਪਸ਼ਨ ਪ੍ਰਤੀ ਜ਼ੀਰੋ ਟੋਲਰੈਂਸ ਹੈ ਬਖਸ਼ਣ ਜਾਊਗਾ ਕੋਈ ਰਹਿਮ ਨਹੀਂ ਕੋਈ ਤਰਸ ਨਹੀਂ ਪੰਜਾਬ ਦੇ 3 ਕਰੋੜ ਲੋਕਾਂ ਨੇ ਸਾਡੇ ਤੇ ਯਕੀਨ ਕੀਤਾ ਵਿਸ਼ਵਾਸ ਕੀਤਾ